ਇੱਕ ਗੁਰਬਾਣੀ ਹੀ ਹੈ ਜੋ ਸਾਨੂੰ ਜੀਵਨ ਦੀ ਸਹੀ ਸੇਧ ਦਿੰਦੀ ਹੈ ਅਸੀਂ ਇਸ ਨੂੰ ਪੜ੍ਹ-ਪੜ੍ਹ ਕੇ ਆਪਣੇ ਜੀਵਨ ਦੀ ਜਾਂਚ ਜੋ ਹੈ ਉਹ ਸਿੱਖਣੀ ਹੈ ਕਿਉਂਕਿ ਉਹ ਗੁਰੂ ਹੈ ਜੋ ਬਾਣੀ ਹੈ ਉਹ ਗੁਰੂ ਹੈ ਤੇ ਅਸੀਂ ਸਿੱਖਣ ਵਾਲੇ ਸਿੱਖ ਹਾਂ ਤੇ ਅਕਸਰ ਪਾਠ ਕਰਦੇ ਦੇਖੇ ਨੇ ਕਿ ਪਾਠ ਕਰਦੇ ਕਰਦੇ ਵਿੱਚ ਗੱਲਾਂ ਕਰ ਲੈਂਦੇ ਨੇ ਫੋਨ ਸੁਣ ਲੈਂਦੇ ਨੇ ਕੰਮਕਾਰ ਵੀ ਕਰ ਲੈਂਦੇ ਨੇ ਇੱਕ ਪਾਸੇ ਗੁਰਬਾਣੀ ਚੱਲਦੀ ਹੈ ਹੱਥ ਵਿੱਚ ਗੁਟਕਾ ਫੜਿਆ ਹੈ ਦੂਜੇ ਪਾਸੇ ਰਸਨਾ ਬਾਹਰੀ ਦੁਨੀਆਵੀ ਗੱਲਾਂ ਕਰਦੀ ਹੈ ਹੁਣ ਪਾਠ ਕਰਦੇ ਕਰਦੇ ਕਿਸੇ ਨਾਲ ਗੱਲ ਕਰਨੀ ਇਹ ਤਾਂ ਉਸ ਗੱਲ ਦੇ ਬਰਾਬਰ ਹੋ ਗਿਆ ਜਿਵੇਂ ਕਿਸੇ ਸਕੂਲ ਦੀ ਇੱਕ ਚੱਲਦੀ ਕਲਾਸ ਦੇ ਵਿੱਚੋਂ ਇੱਕ ਵਿਦਿਆਰਥੀ ਬਾਹਰ ਭੱਜ ਜਾਵੇ ਹੁਣ ਬਾਹਰ ਭੱਜਣ ਕਰਕੇ ਕਲਾਸ ਦੇ ਵਿੱਚ ਜੋ ਸਮਝਾਇਆ ਗਿਆ ਕਰਵਾਇਆ ਗਿਆ ਉਹ ਉਸ ਨੂੰ ਨਹੀਂ ਪਤਾ ਲੱਗੇਗਾ ਤੇ ਉਹ ਵਿਦਿਆਰਥੀ ਗਿਆਨ ਤੋਂ ਹੀਣਾ ਹੋ ਜਾਵੇਗਾ ਤੇ ਆਉਂਦੇ ਇਮਤਿਹਾਨਾਂ ਤੱਕ ਫੇਲ ਹੋ ਜਾਵੇਗਾ ਇਸੇ ਤਰ੍ਹਾਂ ਜੇ ਅਸੀਂ ਪਾਠ ਕਰਨ ਲੱਗਿਆਂ ਅਸੀਂ ਗੱਲਾਂ ਕਰਾਂਗੇ ਤਾਂ ਸਾਡੇ ਨਾਲ ਵੀ ਅਜਿਹਾ ਹੋਵੇਗਾ ਸਾਨੂੰ ਪਤਾ ਹੀ ਨਹੀਂ ਲੱਗੇਗਾ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਕੀ ਸਮਝਾਇਆ ਅਸੀਂ ਕਿਹੜਾ ਸ਼ਬਦ ਪੜ੍ਹਿਆ ਹੈ ਬਿਨਾਂ ਗੁਰਬਾਣੀ ਨੂੰ ਸਮਝਿਆਂ ਸਾਡੇ ਜੀਵਨ ਦੇ ਵਿੱਚ ਬਦਲਾਅ ਨਹੀਂ ਆ ਸਕਦਾ ਕਿਉਂਕਿ ਜਦ ਸਾਨੂੰ ਪਤਾ ਹੀ ਨਹੀਂ ਲੱਗਾ ਕਿ ਗੁਰੂ ਸਾਹਿਬ ਕੀ ਕਹਿ ਰਹੇ ਨੇ ਤਾਂ ਬਦਲਾਵ ਕਿਵੇਂ ਆਵੇਗਾ ਫੇਰ ਅਸੀਂ ਫੇਰ ਪਾਠ ਕਰਨ ਵਾਲੇ ਅਕਸਰ ਇਹ ਕਹਿ ਦਿੰਦੇ ਨੇ ਕਿ ਸਾਨੂੰ 50-50 ਸਾਲ ਹੋ ਗਏ ਪਾਠ ਕਰਦਿਆਂ ਨੂੰ ਗੁਰਬਾਣੀ ਪੜ੍ਹਦਿਆਂ ਨੂੰ ਪਰ ਸਾਡੇ ਜੀਵਨ ਦੇ ਵਿੱਚ ਕਦੀ ਬਦਲਾਵ ਨਹੀਂ ਆਇਆ ਇਸ ਕਰਕੇ ਜਦੋਂ ਵੀ ਪਾਠ ਪੜ੍ਹਨਾ ਹੈ ਗੁਰਬਾਣੀ ਪੜ੍ਹਨੀ ਹੈ ਤਾਂ ਇਕਾਦ ਵਿੱਚ ਬੈਠਣਾ ਹੈ ਤੇ ਉਸ ਸਮੇਂ ਵਿੱਚ ਬੈਠਣਾ ਹੈ ਜਦੋਂ ਬਾਹਰੀ ਆਵਾਜ਼ਾਂ ਨਾ ਹੋਣ ਤੇ ਇੰਨਾ ਕੋਈ ਉੱਚੀ ਬੋਲਣਾ ਹੈ ਕਿ ਸਾਡੇ ਕੰਨ ਉਸ ਗੁਰਬਾਣੀ ਨੂੰ ਸੁਣ ਸਕਣ ਤੇ ਸਮਝ ਸਕਣ ਜਦੋਂ ਇਹ ਦੋਵੇਂ ਘਟਨਾਵਾਂ ਸਾਡੇ ਨਾਲ ਵਾਪਰਨ ਗਈਆਂ ਸਮਝਣ ਦੀ ਤੇ ਸੁਣਨ ਦੀ ਤਾਂ ਸਾਡੇ ਜੀਵਨ ਦੇ ਵਿੱਚ ਦਿਨਾਂ ਦੇ ਵਿੱਚ ਬਦਲਾਅ ਹੋਣੇ ਸ਼ੁਰੂ ਹੋ ਜਾਣਗੇ